ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਲੋਕ ਸਭਾ ਚੁਣਾਵਾਂ ਕੇ ਚਲਤੇ ਪ੍ਰਚਾਰ ਕੇ ਆਖਰੀ ਦੌਰ ਮੇਂ ਸਭੀ ਪਾਰਟੀ ਦੁਆਰਾ ਪੂਰਾ ਦਮਖਮ ਦਿਖਾਇਆ ਜਾ ਰਹਾ ਹੈ ਤਾਂ ਕਿ ਆਪਣੇ ਉਮੀਦਵਾਰ ਕੋ ਜੀਤ ਦਿਲਵਾ ਸਕੇ, ਲੋਕ ਸਭਾ ਮੇਂ ਭੇਜਾ ਜਾ ਸਕੇ। ਇਸੀ ਕੇ ਚਲਤੇ ਆਜ ਬੀਕਾਨੇਰ ਔਰ ਮਥੁਰਾ ਸੇ ਆਏ ਕੁਛ ਲੋਗੋਂ ਨੇ ਪੱਤਰਕਾਰੋਂ ਸੇ ਵਾਰਤਾ ਕੀ, ਜਿਸਮੇ ਉਨ੍ਹੋਂਨੇ ਹੇਮਾ ਮਾਲਨੀ ਔਰ ਧਰਮਿੰਦਰ ਸਿੰਘ ਦਿਓਲ ਦੁਆਰਾ ਸਾਂਸਦ ਰਹਿਤੇ ਹੋਏ ਕਾਮੋ ਕੇ ਬਾਰੇ ਮੇਂ ਬਤਾਇਆ ਔਰ ਉਨਕੀ ਪੋਲ ਖੋਲੀ। ਇਸ ਬਾਰੇ ਮੇਂ ਜਾਣਕਾਰੀ ਦੇਤੇ ਹੋਏ ਬੀਕਾਨੇਰ ਸੇ ਆਏ ਸ਼ਖਸ ਨੇ ਬਤਾਇਆ ਕਿ ਧਰਮਿੰਦਰ ਸਿੰਘ ਦਿਓਲ 2004 ਸੇ 2009 ਤੱਕ ਉਨਕੇ ਇਲਾਕੇ ਕੇ ਸਾਂਸਦ ਰਹੇ ਥੇ ਔਰ ਉਨ੍ਹੋਂਨੇ ਸਥਾਨੀਏ ਜਨਤਾ ਕੇ ਸਾਥ ਬਹੁਤ ਬੜੇ ਬੜੇ ਵਾਅਦੇ ਕੀਏ ਥੇ, ਲੇਕਿਨ ਜੀਤ ਹਾਸਲ ਕਰਨੇ ਕੇ ਬਾਅਦ ਧਰਮਿੰਦਰ ਸਿੰਘ ਦਿਓਲ ਨੇ ਇਲਾਕੇ ਮੇਂ ਕੋਈ ਵੀ ਕਾਰੇ ਨਹੀਂ ਕਰਵਾਇਆ। ਜਹਾਂ ਤੱਕ ਕਿ 5 ਸਾਲ ਤੱਕ ਉਨ੍ਹੋਂਨੇ ਇਲਾਕੇ ਮੇਂ ਆਪਣੀ ਸ਼ਕਲ ਤੱਕ ਨਹੀਂ ਦਿਖਾਈ। ਉਨ੍ਹੋਂਨੇ ਕਿਹਾ ਕਿ ਜੋ ਲੋਕ ਪਹਿਲੇ ਹੀ ਜਨਤਾ ਕੇ ਸਾਥ ਧੋਖਾ ਕਰ ਚੁੱਕੇ ਹੈ ਵੋ ਆਗੇ ਵੀ ਜਨਤਾ ਕੇ ਸਾਥ ਧੋਖਾ ਹੀ ਕਰੇਂਗੇ। ਦੂਸਰੀ ਤਰਫ ਬੀਕਾਨੇਰ ਸੇ ਆਏ ਸ਼ਖਸ ਨੇ ਕਿਹਾ ਕਿ ਉਨ੍ਹੋਂਨੇ ਹੇਮਾ ਮਾਲਨੀ ਕੇ ਚੁਣਾਵੋਂ ਮੇਂ ਪੂਰਾ ਜ਼ੋਰ ਲਗਾਇਆ, ਲੇਕਿਨ ਜੀਤ ਹਾਸਲ ਕਰਨੇ ਕੇ ਬਾਅਦ ਹੇਮਾ ਮਾਲਨੀ ਦੁਆਰਾ ਵਿਕਾਸ ਤੋਂ ਏਕ ਤਰਫ ਰਹਾ ਵੋ ਲੋਕੋਂ ਕਾ ਪਤਾ ਤੱਕ ਲੈਣੇ ਕੇ ਲੀਏ ਨਹੀਂ ਪਹੁੰਚੀ। ਉਨ੍ਹੋਂਨੇ ਬਤਾਇਆ ਕਿ ਜਬ ਉਨਸੇ ਮਿਲਨੇ ਕੇ ਲੀਏ ਜਾਤੇ ਥੇ ਤੋ ਹੇਮਾ ਮਾਲਨੀ ਕਾ ਪੀਏ ਉਨਸੇ ਮਿਲਨੇ ਨਹੀਂ ਦੇਤਾ ਥਾ, ਇਸ ਲਈ ਇਲਾਕੇ ਕੀ ਜਨਤਾ ਕੋ ਚਾਹੀਏ ਕਿ ਸੋਚ ਸਮਝ ਕਰ ਵੋਟ ਕਰੇ ਤਾਂ ਕਿ ਮਥੁਰਾ ਔਰ ਬੀਕਾਨੇਰ ਕੀ ਤਰ੍ਹਾਂ ਜਨਤਾ ਚੁਣਾਵੋਂ ਕੇ ਬਾਅਦ ਆਪਣੇ ਆਪ ਕੋ ਠਗਾ ਹੁਆ ਮਹਿਸੂਸ ਨਾ ਕਰੇ। ਸੋਸ਼ਲ ਮੀਡੀਆ ਪੇ ਵੀਡੀਓ ਦੇਖ ਰਹੇ ਥੇ ਜਿਸਮੇ ਕਿ ਆਜ ਸੇ 15 ਸਾਲ ਪਹਿਲੇ ਕੀਏ ਹੋਏ ਹੀ ਬਾਤੋਂ ਕੋ ਦੁਬਾਰਾ ਸੇ ਜੋ ਆਜ ਸੇ 15 ਸਾਲ ਪਹਿਲੇ ਬੀਕਾਨੇਰ ਜ਼ਿਲ੍ਹੇ ਕੇ ਅੰਦਰ ਕਹੀ ਗਈ ਥੀ ਉਨ੍ਹੀਂ ਬਾਤੋਂ ਕੋ ਯਹਾਂ ਕੇ ਕੈਂਡੀਡੇਟਸ ਬੀਜੇਪੀ ਕੈਂਡੀਡੇਟਸ ਕੇ ਦੁਆਰਾ ਯਹਾਂ ਪੇ ਰਿਪੀਟ ਕੀਆ ਜਾ ਰਹਾ ਥਾ ਔਰ ਉਨ 2400 ਜ਼ਿਲ੍ਹੇ ਕੇ 9 ਕੇ ਬੀਚ ਮੇਂ ਵਹਾਂ ਪਰ ਜਬ ਕੁਛ ਨਹੀਂ ਹੁਆ, ਜਹਾਂ ਪਰ ਬੜੀ ਬੜੀ ਇੰਡਸਟਰੀਆਂ ਲਗਾਣੇ ਕੀ ਬਾਤ ਥੀ, ਜਹਾਂ ਪਰ ਬੜੇ ਬੜੇ ਪਲਾਂਟ ਲਗਾਣੇ ਕੀ ਬਾਤ ਥੀ, ਵਹਾਂ ਪਰ ਔਰ ਇਨਵੈਸਟਮੈਂਟ ਬਾਹਰ ਸੇ ਬੋਂਬੇ ਸੇ ਲਾਣੇ ਕੀ ਬਾਤ ਥੀ, ਸੇਮ ਵਹੀ ਬਾਤੇਂ ਯਹਾਂ ਹੋ ਰਹੀ ਹੈਂ। ਆਜ ਵਹਾਂ ਪਰ 15 ਸਾਲ ਹੋ ਗਏ ਹੈਂ, ਕਭੀ ਵੀ ਧਰਮਿੰਦਰ ਜੀ ਕੀ ਤਰਫ ਸੇ ਚਾਏ ਕੀ ਦੁਕਾਨ ਕੀ ਥੜੀ ਵੀ ਨਹੀਂ ਖੋਲੀ ਗਈ, ਕੋਈ ਪਾਨ ਕੀ ਦੁਕਾਨ ਵੀ ਨਹੀਂ ਖੋਲੀ ਗਈ ਹੈ, ਔਰ ਤਾਂ ਇੰਡਸਟਰੀਜ਼ ਕੀ ਬਾਤ ਛੋੜ ਦੀਜੀਏ। ਸਿਮਿਲਰਲੀ ਇਟ ਇਜ਼ ਬੀਂਗ ਰਿਪੀਟਡ ਓਵਰ ਹੇਅਰ ਨਾਓ। ਤੋ ਹਮਾਰਾ ਬਸ ਯੇ ਥਾ ਕਿ ਜੋ ਚੀਜ਼ੇਂ ਹਮਾਰੇ ਸਾਥ ਵਹਾਂ ਹੋਈ ਹੈਂ ਤੋ ਕਿਉਂ ਨਾ ਹਮਾਰੇ ਯਹਾਂ ਵੀ ਕੁਛ ਲੋਕ ਬਹੁਤ ਜਾਣਕਾਰ ਰਹਿਤੇ ਹੈ, ਯਹਾਂ ਕਾਦੀਆਂ ਵਾਲੀ ਸਾਈਡ ਮੇਂ ਰਹਿਤੇ ਔਰ ਕਈ ਜਗ੍ਹਾ ਪੇ ਵੀ ਰਹਿਤੇ ਹੈਂ, ਉਨਕੇ ਪਾਸ ਹਮ ਲੋਗ ਆਏ, ਹਮਨੇ ਉਨਕੋ ਵੀ ਸਮਝਾਇਆ ਔਰ ਯਹਾਂ ਪੇ ਔਰ ਵੀ ਕਈ ਜਗ੍ਹਾ ਜਾਏਂਗੇ, ਲੋਕੋਂ ਕੋ ਬਤਾਏਂਗੇ ਕਿ 15 ਸਾਲੋਂ ਕੇ ਬੀਚ ਮੇਂ ਜਬ ਵਹਾਂ ਕੁਛ ਨਹੀਂ ਹੁਆ ਔਰ ਮਿਲਨੇ ਕੇ ਲੀਏ ਲੋਕੋਂ ਕੋ ਨਹੀਂ ਮਿਲਾ, 2004 ਸੇ ਲੇਕੇ 9 ਕੇ ਬੀਚ ਮੇਂ ਲੋਕੋਂ ਕੋ ਮਿਲਨੇ ਤੱਕ ਕਾ ਟਾਈਮ ਨਹੀਂ ਮਿਲਾ। ਤੋ ਹਮ ਅਗਰ ਯੇ ਉਮੀਦ ਕਰ ਰਹੇ ਹੈ ਕਿ ਅਬ ਏਕ ਔਰ ਸਟਾਰ ਕੋ ਹਮ ਚੁਣਾ ਕੇ ਜੀਤ ਜਿਤਾ ਕੇ ਭੇਜ ਦੇਂਗੇ ਔਰ ਫਿਰ ਵੋ ਹਮਾਰੇ ਪਾਸ ਮੇਂ ਮਿਲਨੇ ਕੇ ਲੀਏ ਕਾਮ ਕਰਨੇ ਕੇ ਲੀਏ ਆਏਗਾ, ਤੋ ਮੋਦੀ ਜੀ ਕਹਤੇ ਹੈ ਕਿ ਭਾਈ ਟਰੈਕ ਰਿਕਾਰਡ ਦੇਖ ਕੇ ਵੋਟ ਦੀਜੀਏ, ਟੇਪ ਰਿਕਾਰਡ ਦੇਖ ਕੇ ਮਤ ਦੀਜੀਏ, ਜਾਖੜ ਸਾਹਿਬ ਕਾ ਟਰੈਕ ਰਿਕਾਰਡ ਦੇਖ ਲੀਜੀਏ ਔਰ ਉਨਕਾ ਟਰੈਕ ਰਿਕਾਰਡ ਦੇਖ ਲੀਜੀਏ, ਜਿਸਕਾ ਟਰੈਕ ਰਿਕਾਰਡ ਅੱਛਾ ਹੋ ਉਸਕੋ ਵੋਟ ਦੇ ਦੀਜੀਏ, ਤੀਸਰੇ ਵੀ ਕੈਂਡੀਡੇਟ ਹੈ ਯਹਾਂ ਪੇ, ਚੌਥੇ ਵੀ ਕੈਂਡੀਡੇਟ ਹੈ, ਲੇਕਿਨ ਉਨ ਕੈਂਡੀਡੇਟ ਕੇ ਬਾਰੇ ਮੇਂ ਹਮਾਰੇ ਪਾਸ ਕੋਈ ਇਨਫਾਰਮੇਸ਼ਨ ਨਹੀਂ ਹੈ, ਇਸ ਲਈ ਉਨਕੇ ਬਾਰੇ ਮੇਂ ਕੋਈ ਗਲਤ ਬਿਆਨੀ ਹਮ ਨਹੀਂ ਕਰਨਾ ਚਾਹਤੇ। ਜਿਨ ਦੋ ਲੋਗੋਂ ਕੇ ਬਾਰੇ ਮੇਂ ਇਨਫਾਰਮੇਸ਼ਨ ਹੈ ਉਨ ਦੋਨੋਂ ਕੇ ਬਾਰੇ ਮੇਂ ਹਮ ਬਾਤ ਕਰ ਰਹੇ ਹੈਂ। ਧਰਮਿੰਦਰ ਜੀ ਕੇ ਬਾਰੇ ਮੇਂ ਸਪੈਸ਼ਲੀ ਇਸ ਲਈ ਕਰ ਰਹੇ ਹੈਂ ਕਿਉਂਕਿ ਹਮ ਭੁਕਤ ਭੋਗੀ ਹੈਂ, ਬੀਕਾਨੇਰ ਕੇ ਲੋਕ, ਕੋਲਾਇ ਖੇਤਰ ਕੇ ਲੋਕ ਔਰ ਵੀ ਆਸ ਪਾਸ ਕੀ ਜਿਤਨੀ ਤਹਿਸੀਲ ਥੀ ਵਹਾਂ ਕੇ ਲੋਕ। ਮੈਂ ਅਭੀ ਅਗਰ ਆਪ ਅਭੀ ਇਸੀ ਵਕਤ ਲਾਈਵ ਆਪ ਅਗਰ ਉਨਕੋ ਕਹੇਂ ਕਾਲ ਕਰੀਏ ਔਰ ਉਨਕੋ ਪੁੱਛੀਏ ਕਿ ਆਪ ਬੀਕਾਨੇਰ ਕੇ ਕੋਈ ਸੇ 4 ਗਾਓਂ ਕੇ ਨਾਮ ਗਿਣਾ ਦੀਜੀਏ ਇਸੀ ਵਕਤ, ਜੋ ਆਪਕੋ ਨਾਮ ਵੀ ਯਾਦ ਹੋਊਗਾ ਕਿਸੇ ਗਾਓਂ ਕੇ। ਹਾਂ ਮੇਰੀ ਵੀਡੀਓ ਜਾਣੇ ਕੇ ਬਾਅਦ ਵੋ ਜ਼ਰੂਰ ਕੋਈ 4 ਗਾਓਂ ਫੋਨ ਕਰਕੇ ਪੁੱਛ ਲੇਂਗੇ ਕਿ ਹਾਂ ਬਈ ਬਤਾ ਦੀਜੀਏ 4 ਗਾਓਂ ਮੁਝੇ ਬਤਾਨੇ ਹੋਗੇ, ਤੋ ਵੋ ਏਕ ਬਾਤ ਅਲੱਗ ਹੈ। ਤੋ ਹਮੇਂ ਚਾਹੀਏ ਕਿ ਇੱਕ ਐਸੇ ਸਾਂਸਦ ਕੋ ਚੁਣੇ ਜਿਸਕਾ ਟਰੈਕ ਰਿਕਾਰਡ ਬੋਲਤਾ ਹੈ, ਜਿਸਕਾ ਕਾਮ ਬੋਲਤਾ ਹੈ, ਨਾਮ ਬੋਲਨੇ ਸੇ ਕੋਈ ਖਾਸ ਕਾਮ ਨਹੀਂ ਚਲਤਾ। ਯੇ ਹਮਾਰਾ ਮਕਸਦ ਥਾ, ਸਾਥ ਮੇਂ ਮਥੁਰਾ ਸੇ ਰਾਮ ਕੁਮਾਰ ਚੌਧਰੀ ਜੀ, ਬੀਕਾਨੇਰ ਕੇ ਕੋਲਾਇ ਖੇਤਰ ਸੇ ਸ਼੍ਰਵਣ ਕੁਮਾਰ ਜੀ ਸਾਥ ਮੇਂ ਆਏ ਥੇ, ਇਨਕੋ ਬਲਰਾਮ ਜਾਖੜ ਜੀ ਨੇ ਟਿਊਬਵੈਲ ਲਗਵਾਨੇ ਮੇਂ, ਵਹਾਂ ਪੇ ਉਪਨਿਵੇਸ਼ਨ ਕੀ ਜ਼ਮੀਨੋਂ ਕੀ ਸਹੂਲੀਅਤ ਦਿਲਵਾਨੇ ਮੇਂ ਬਹੁਤ ਮਦਦ ਕੀ ਥੀ। ਇਹ ਤਾਂ ਬਹੁਤ ਸਕ੍ਰਿਯ ਕਾਰਜਕਰਤਾ ਰਹੇ ਹੈ, ਲੇਕਿਨ ਫਿਰ ਵੀ ਕਿਉਂਕਿ ਕੁਝ ਘਟਨਾ ਐਸੀ ਘਟੀ ਰਾਮ ਕੁਮਾਰ ਜੀ ਕੇ ਸਾਥ ਮੇਂ ਜੋ ਕਿ ਇਨਕੋ ਆਜ ਖੁੱਲ੍ਹ ਕੇ ਯਹਾਂ ਪਰ ਆਉਣਾ ਪੜਾ।
इसी मकसद से यहाँ पे आना हुआ था। मैं राम कुमार नौवार, डिस्ट्रिक्ट मथुरा से, नौजिल थाना, गांव अड्डा वागर्रा, मथुरा से आया हूँ। हेमा जी का रिकॉर्ड पिछला 5 वर्ष का बताता हूँ मैं आपको। हेमा जी के साथ मैंने पूरे तन मन धन से, तब जब आई थी तब सनी देओल की तरह ऐसे वादे कर रही थी, मैं ये कर दूंगी, मैं वो कर दूंगी, जहाँ सड़कें नहीं होंगी सड़कें बना दूंगी, पूरे वृंदावन में ऐसा कर दूंगी, गांव में मतलब सड़कें बना दूंगी। लेकिन ऐसा कुछ नहीं हुआ, जीतते ही टाइम ऑन द स्पॉट एकदम पर्दे जैसे फिल्म बंद हो जाती है ना, पिक्चर बंद हो जाती है, ऐसे बंद हो गया काम। आपका खुद का गांव? मेरा गांव अड्डा वागर्रा। वहां की क्या हालत है? जमुना नदी बिल्कुल साइड में होके बहती है। गांव के लोगों को कई बार मैं लेके गया, डीएम मंत्री के पास भी गए, लेकिन किसी ने न सांसद ने सुनाई की। उनका पीए हमको अंदर तक नहीं जाने देता, जो कि पहले ऐसे कहता था कि आइए सर जी, समझे। हेमा जी कहती हैं कि अब बाद में मिलना, टाइम नहीं है हम पे। एक साल में बताते हैं आप लोग, बताते हैं, हमने सुना है, हमने देखा भी है, 5 करोड़ रुपये आता है। 5 करोड़ में से अगर 5 लाख भी गांव, एक गांव में 5 लाख रुपए भी लगाए होते तो आज ये कंडीशन ना होती। और आने वाले समय में अब भी ये सोच रहे हैं कि हेमा जी सोच रहे हैं कि हमें जीत रही हूँ, वो आने समय 23 तारीख को पता चल जाएगा। और ये कुल मिला के मेरा तो एक्सपेंस ही है, 17 अक्टूबर को मेरा लड़का खत्म हुआ 19 वर्ष का एक्सीडेंट से। मैंने तब उनके पास फरियाद लेके गया, उन्होंने तब भी आंसू नहीं पहुंचे। क्या कहा था? 35,000 रुपये वो उससे मिलते हैं सरकारी विभाग से, वहाँ से मिलवा दूंगी मैं, स्वास्थ्य कल्याण से, लखनऊ से आएंगे, वो आएगा 5 लाख का चेक दिलवाएंगे, ये दिलवा, कुछ नहीं है। गरीबों को अब गरीब वादे तो ऐसे करते हैं, गरीबों को हम ये कर देंगे, किसानों को ये कर देंगे, कुछ नहीं करते। कुल मिला के मेरा एक्सपीरियंस ये है, लास्ट बात में यहाँ खत्म करता हूँ, कि ये स्टारों पे तो बिल्कुल ही भरोसा नहीं करना चाहिए, चाहे आम आदमी गरीब हो या हमारे कोई भी नेता हो, लास्ट बात ही है मेरी। बीजेपी कवल रंधावा, दिव्या पंजाब टीवी, पठानकोट।